अजीत वैब टीवी देखने वाले सारे दर्शकों का स्वागत है। मैं हाँ स्वर्ण सिंह टैणा। हर रोज़ की तरह अजीत खबरों का विशेष बुलेटिन लैके हाजिर हाँ। सब तो पहला सुरखियां ते चा। सतलुज यमुना लिंक नहर उत्ते पंजाब नूं लगा झटका, हरियाणा नूं मिलेगा पानी ते कांग्रसियां ने दित्ते अस्तीफे। राहुल गांधी अकल तो कम लैण, वित्त मंत्री अरुण जेटली ने कहा। नोट बदलन वास्ते सारा दिन बैंकों विच खज्जल खुआर होए लोग। आंगणवाड़ी वर्करां ने अकाली आगूआं दे फूके पुतले। ते रेलवे दे फैसले खिलाफ आटो ते वैन चालकां ने कीता प्रदर्शन। ते हुण खबरां दा विस्थार। पिछले काफ़ी लंबे समय तो सतलुज यमुना लिंक नहर के मामले उत्ते माणयोग सुप्रीम कोर्ट के जिस फैसले की उड़ीक की जा रही थी, अज वो फैसला अदालत वल्लों पंजाब दे खिलाफ सुना दिता गया है। सुप्रीम कोर्ट की बेंच के वल्लों कहा गया है कि सतलुज यमुना लिंक नहर का निर्माण जारी रखा जाए। कहने का भाव अज यह फैसला हरियाणे के हक में आया है तो पंजाब के बिल्कुल खिलाफ। इस मामले उत्ते राजनीति जोरां दे उत्ते छिड़ पई है। पंजाब के उप मुख्यमंत्री सुखबीर सिंह बादल ने कहा कि पंजाब के पानी की एक बूंद भी किसी होर सूबे नहीं दिती जाएगी, क्योंकि पंजाब के कोल इन्ना पानी नहीं कि होर सूबों दिता जाए। दूजे पासे यह भी जानकारी प्राप्त हुई है कि कैप्टन अमरिंदर सिंह जो कि अमृतसर तो लोग सभा के मैंबर ने, उन्हां वल्लों अपने अहुदे तो अस्तीफा दे दिता गया है। ताज़ा जानकारी यह भी हासिल हुई है कि पंजाब के वख वख विधायकों वल्लों जो कि कांग्रेस पार्टी के नाल संबंध रखते हैं, उन्हां वल्लों भी अपने अस्तीफे देण दा सिलसिला शुरू कर दिता गया है। ड्रामा क्रिएटेड बाय कांग्रेस, कांग्रेस ड्रामा की तरह रिजाइन कर। जे कैप्टन अमरिंदर सिंह ते कांग्रेस सीरियस है पानी जा रहा है, they should first resign from Congress and decide all MLAs, not from the party. From the party, that this party is responsible for putting us to this position. We all resign, then we'll appreciate that they are okay, they've mended their ways. ਅੱਜ ਪੰਜਾਬ ਦਾ ਪਾਣੀ ਜਿਹੜਾ ਸਾਡੇ ਲਈ ਸਭ ਤੋਂ ਵੱਧ ਸਾਡੇ ਲਈ ਅਹਿਮ ਆ, ਜ਼ਰੂਰਤ ਆ, ਜਿਹੜਾ ਸਾਡਾ ਜ਼ਿੰਦਗੀਆਂ ਦਾ, ਸਾਡੇ ਅਗਲੀ ਪੀੜ੍ਹੀਆਂ ਦਾ ਇੱਕੋ ਇੱਕ ਚੀਜ਼ ਆ ਜਿਹ 'ਚ ਸਾਡੀਆਂ ਜਾਨਾਂ ਵਸੀਆਂ ਹੋਈਆਂ, ਅਤੇ ਉਹ ਸਾਤੋਂ ਪਾਣੀ ਖੋਹ ਕੇ ਅੱਜ ਹਰਿਆਣੇ ਨੂੰ ਦੇਣ ਦੀ ਕੋਸ਼ਿਸ਼ ਆ ਜਿਹੜੀ ਉਹ ਸੈਂਟਰ ਗੌਰਮੈਂਟ ਨੇ ਆਪਣੇ ਜਿਹੜੇ ਉਹਨਾਂ ਦੇ ਐਡਵੋਕੇਟ ਜਨਰਲ ਨੇ, ਉਹ ਉੱਥੇ ਹਮੇਸ਼ਾ ਜਿੱਥੇ ਹਰਸਿਮਰਤ ਕੌਰ ਆਪ ਬੈਠਦੀ ਹੈ ਇੱਕ ਕੇਂਦਰ ਮੰਤਰੀ ਬਣ ਕੇ, ਕੈਬਨਿਟ ਮੰਤਰੀ ਬਣ ਕੇ, ਉੱਥੇ ਫੈਸਲਾ ਇਹ ਹੋਇਆ ਵੀ ਇਹ ਪੰਜਾਬ ਦੇ ਹੱਕ 'ਚ ਨਹੀਂ, ਹਰਿਆਣੇ ਦੇ ਹੱਕ 'ਚ ਸੈਂਟਰ ਸਰਕਾਰ ਭੁਗਤੀ ਆ, ਅਤੇ ਸਾਡੇ ਪੰਜਾਬ ਸਰਕਾਰ ਤੋਂ ਇੱਕ ਵੀ ਬੋਲ ਆ ਜਿਹੜਾ ਨਾ ਹਰਸਿਮਰਤ ਕੌਰ ਨੇ ਪਾਰਲੀਮੈਂਟ 'ਚ ਬੋਲਿਆ, ਨਾ ਇਹਨਾਂ ਦੇ ਹੋਰ MP ਬੋਲੇ ਆ। ਅਤੇ ਮੈਂ ਸਮਝਦਾ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਇਕੱਲਾ ਅਸਤੀਫਾ ਨਹੀਂ, ਅੱਜ 10 ਸਾਲ ਦੇ ਉਹ ਰਾਜ ਕਰ ਰਿਹਾ ਇੱਥੇ, ਅਤੇ ਲਗਾਤਾਰ 2.5 ਸਾਲ ਤੋਂ ਉੱਤੇ ਹੋ ਗਏ ਸੈਂਟਰ 'ਚ, ਅਤੇ ਅੱਜ ਉਹ ਆਪਣੇ ਸਿਆਸੀ ਜੀਵਨ ਤੋਂ ਅਸਤੀਫਾ ਦੇ ਕੇ ਆਪਣੇ ਘਰੇ ਬਹਿ ਜਾਣ, ਤਾਂ ਮੈਂ ਸਮਝਾਂਗਾ ਥੋੜ੍ਹੀ ਬਹੁਤੀ ਉਹਨਾਂ 'ਚ ਲਿਆਕਤ ਗੈਰਤ ਆ ਜਿਹੜੀ। ਪਰ ਜਿੱਥੇ ਤੱਕ ਕਾਂਗਰਸ ਪਾਰਟੀ ਦੀ ਸਵਾਲ ਆ, ਅਸੀਂ ਇੱਕ ਵੀ ਬੂੰਦ ਪਾਣੀ ਦੀ ਆ ਜਿਹੜੀ ਉਹ ਹਰਿਆਣੇ ਨੂੰ ਨਹੀਂ ਜਾਣ ਦੇਵਾਂਗੇ। ਕੋਈ ਵੀ ਲੜਾਈ ਸਾਨੂੰ ਲੜਨੀ ਪਵੇ, ਅਸੀਂ ਉਹ ਲੜਾਈ ਲੜਾਂਗੇ। ਭਾਰਤ ਦੇ ਵਿੱਤ ਮੰਤਰੀ ਅਰੁਣ ਜੇਟਲੀ ਹੋਰਾਂ ਵੱਲੋਂ ਅੱਜ ਰਾਹੁਲ ਗਾਂਧੀ ਨੂੰ ਅਕਲ ਕਰਨ ਦੀ ਗੱਲ ਕਹੀ ਗਈ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਲੰਘੇ ਕੱਲ੍ਹ ਰਾਹੁਲ ਗਾਂਧੀ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਭਾਰਤ ਸਰਕਾਰ ਵੱਲੋਂ 2000 ਰੁਪਏ ਦੇ ਨੋਟ ਦੀ ਸ਼ੁਰੂਆਤ ਕਰਕੇ ਕਿਸਾਨਾਂ ਨੂੰ ਬਹੁਤ ਖੱਜਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਅਰੁਣ ਜੇਟਲੀ ਹੋਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਬੇਸ਼ੱਕ ਕਿਸਾਨ ਦੇ ਘਰ ਵਿੱਚ ਪੈਸਾ ਪਿਆ ਹੋਵੇ ਜਾਂ ਫਿਰ ਉਸ ਦੇ ਬੈਂਕ ਖਾਤੇ ਵਿੱਚ ਪੈਸਾ ਪਿਆ ਹੋਵੇ, ਉਸ ਨੂੰ ਕਿਸੇ ਵੀ ਕਿਸਮ ਦੇ ਟੈਕਸ ਦਾ ਭੁਗਤਾਨ ਕਰਨਾ ਨਹੀਂ ਪੈਂਦਾ। ਇੱਥੇ ਵੀ ਦੱਸਣਾ ਬਣਦਾ ਹੈ ਕਿ ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕੱਲ੍ਹ ਕਿਹਾ ਸੀ ਕਿ ਕਿਸਾਨਾਂ ਨੂੰ ਪੈਸੇ ਦੇ ਮਾਮਲੇ ਵਿੱਚ ਕਾਫੀ ਖੱਜਲ ਹੋਣਾ ਪਏਗਾ ਅਤੇ ਉਹਨਾਂ ਨੂੰ ਉਲਝਾਉਣ ਦੀ ਖਾਤਰ ਹੀ 2000 ਰੁਪਏ ਦੇ ਨੋਟ ਨੂੰ ਮਾਰਕੀਟ ਵਿੱਚ ਭੇਜਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ 500 ਰੁਪਏ ਅਤੇ 1000 ਰੁਪਏ ਦੇ ਨੋਟ ਦੇ ਉੱਤੇ ਲਗਾਈ ਗਈ ਪਾਬੰਦੀ ਤੋਂ ਬਾਅਦ ਭਾਰਤ ਦੇ ਸਾਰੇ ਹੀ ਹਿੱਸਿਆਂ ਦੇ ਵਿੱਚ ਆਮ ਲੋਕਾਂ ਅੰਦਰ ਜ਼ਬਰਦਸਤ ਰੋਸ ਅਤੇ ਕਈ ਤਰ੍ਹਾਂ ਦੇ ਹੋਰ ਪ੍ਰਭਾਵਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਅੱਜ ਸਵੇਰੇ 8 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਬੈਂਕਾਂ ਦੇ ਵਿੱਚ ਆਮ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਜੋ ਕਿ ਆਪਣੇ ਪੁਰਾਣੇ ਨੋਟਾਂ ਨੂੰ ਬਦਲਾਉਣ ਦੇ ਲਈ ਆਏ ਸਨ। ਅੱਜ ਦੁਪਹਿਰ ਤੱਕ ਬਹੁਤ ਸਾਰੀਆਂ ਬੈਂਕਾਂ ਦੇ ਵਿੱਚ ਨਵੇਂ ਨੋਟ ਖਤਮ ਹੋ ਗਏ ਅਤੇ ਕਈ ਥਾਵਾਂ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਬੈਂਕਾਂ ਦੇ ਅਧਿਕਾਰੀਆਂ ਵੱਲੋਂ ਗਾਹਕਾਂ ਦੇ ਪੁਰਾਣੇ ਨੋਟ ਰੱਖ ਲਏ ਗਏ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਕੱਲ੍ਹ ਨੂੰ ਤੁਸੀਂ ਆ ਕੇ ਆਪਣੇ ਨਵੇਂ ਨੋਟ ਲੈ ਜਾਣਾ।
ਲੋਕਾਂ ਨੇ ਪ੍ਰਭਾਵ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਬੇਸ਼ੱਕ ਕਾਲੇ ਧਨ ਨੂੰ ਨੱਥ ਪਾਉਣ ਦੇ ਲਈ ਸਰਕਾਰ ਦਾ ਕੀਤਾ ਗਿਆ ਇਹ ਉੱਦਮ ਸ਼ਲਾਘਾਯੋਗ ਹੈ, ਪਰ ਇਹ ਲੋਕਾਂ ਦੇ ਲਈ ਬਹੁਤ ਸਾਰੀਆਂ ਚੁਣੌਤੀਆਂ ਲੈ ਕੇ ਆਇਆ ਹੈ। ਸਰਕਾਰ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ। ਇੰਨੀ ਜਲਦੀ ਤਾਂ ਜੀ ਪੈਸੇ ਲੈਣੇ ਨੇ ਜੀ? ਹਾਂਜੀ, ਬੈ ਚੇਂਜ ਕਰਦੇ ਨਹੀਂ, ਜਿਹਨੂੰ ਮੈਡੀਕਲ ਸਟੋਰ 'ਤੇ ਚਲੇ ਜਾਓ ਉਹ ਚੇਂਜ ਨਹੀਂ ਕਰਦੇ ਨੋਟ, ਉਹ ਕਹਿੰਦੇ ਸਾਡੇ ਕੋਲ ਚੇਂਜ ਨਹੀਂ ਹੈਗੇ, ਦਵਾਈ ਲੈਣੀ ਲੈ ਲਓ ਨਹੀਂ ਥੋੜ੍ਹੀ ਮੰਦੀ। ਸਵੇਰੇ 8 ਵਜੇ ਦੇ ਆਏ ਜੀ। बैंक में नोट अदला बदली करने के लिए आए थे, वो बोल रहे हैं अभी जमा करवा जाओ लेकिन आपको मंडे के बाद ही पेमेंट मिलेगी, लेकिन बाजार में कोई पैसा नहीं ले रहा, ना 500 का ना 1000 का। लेकिन मोदी साहब ने बहुत बढ़िया काम किया है, लेकिन फिर भी पैसा तो इनको 4000 जो 2000 रुपया देना चाहिए ना, तभी हम बाजार में काम कर सकेंगे या कोई चीज़ खरीद सकेंगे। मैं यही रिक्वेस्ट करता हूँ सभी को, प्लीज़ पैनिक ना होइए, ठीक है, हमारे पास 50 डेज का समय है, आराम से आप डिपॉजिट करा सकते हैं। कैश वैंस लगातार बैंक्स में आ रही हैं, तो जो थोड़ी बहुत शॉर्टेज है, बिकॉज डिमांड बहुत ज़्यादा है, सप्लाई कम है, और जनता बहुत ही समय से लाइन में भी लग रही है, वेट भी कर रही है, तो उनको करने की ज़रूरत नहीं पड़ेगी। विद इन 2-3 डेज सिचुएशन नॉर्मल हो जाएगी, सप्लाई प्रॉपर हो जाएगी, और जो उनकी ज़रूरत का पैसा है वो उनको आज दोपहर से ATM से मिलने लग जाएंगे, काउंटर से मिलने लग जाएंगे, और प्लस हमारे जो 2 काउंटर्स हैं वो उनको ऑलरेडी सप्लाई कर रहे हैं। ATM से अभी वो 2000 रुपये निकाल पाएंगे, ठीक है, और जैसे जैसे सरकार का निर्देश आएगा वैसे वैसे आपका बढ़ता चला जाएगा। अज फिरोजपुर खेत्र के पंजाब के उप मुख्यमंत्री सुखबीर सिंह बादल ते सिक्ख्या मंत्री डॉक्टर दलजीत सिंह चीमा का आंगनवाड़ी वर्करां दे वल्लों पुतला फूकिया गया। इस मौके दे उत्ते आंगनवाड़ी वर्करां दे वल्लों जम के नारेबाजी भी की गई। इस मौके ते आंगनवाड़ी वर्कर एसोसीएशन दीआं आगूआं जसबीर कौर ते प्यार कौर ने कहा कि हुण पंजाब सरकार वल्लों 3 साल तो लैके 6 साल तक दे बच्चां दे लई प्री प्राइमरी स्कूल खोलण दी योजना बनाई गई है, जिस करके उन्हां दे कम्मां नूं घट करन दी कोशिश की जा रही है। आंगनवाड़ी वर्करां ने कहा कि वह पहला ही तनदेही नाल काम कर रही सन, पर पंजाब सरकार ने वालों उन्हां नूं वेले करन दी योजना बनाई गई है। ਗੁਜ਼ਾਰਾ ਕਰ ਰਹੀਆਂ ਜੋ ਕਿ ਬਹੁਤ ਘੱਟ, ਇੰਨੀ ਲੱਕ ਤੋੜਵੀਂ ਮਹਿੰਗਾਈ ਦੇ ਵਿੱਚ ਉਹਦਾ ਗੁਜ਼ਾਰਾ। ਬਾਕੀ ਹੁਣ ਸਿੱਖਿਆ ਮੰਤਰੀ ਚੀਮਾ ਜੋ ਇਹ ਸਰਕਾਰ ਸਕੀਮਾਂ ਬਣਾ ਰਹੀ, 3-6 ਸਾਲ ਦੇ ਬੱਚੇ ਪ੍ਰਾਇਮਰੀ ਸਕੂਲਾਂ ਨੂੰ ਦਿੱਤੇ ਜਾਣਗੇ, ਸਾਡਾ ਇਹ ਹੈ ਉਹਨਾਂ ਨੂੰ, ਸਾਡੀ ਲੜਾਈ ਇਹਨਾਂ ਨਾਲ ਜਾਰੀ ਉਹਨਾਂ ਤੱਕ ਰਹੇਗੀ ਜਿੰਨਾ ਤੱਕ ਇਹ ਬੱਚਿਆਂ ਨੂੰ ਜਾਂ ਆਂਗਣਵਾੜੀ ਵਰਕਰਾਂ ਨੂੰ ਸਿੱਖਿਆ ਭਾਗ ਵਿੱਚ ਰਜਿਸਟ ਨਹੀਂ ਕਰਦੇ, ਅਤੇ ਜਾਂ ਇਹ 3-6 ਸਾਲ ਦੇ ਬੱਚੇ ਅਸੀਂ ਉਹਨਾਂ ਨੂੰ ਹਰਗਜ਼ ਨਹੀਂ ਲੈਣ ਦੇਵਾਂਗੇ। ਅਸੀਂ ਜੇ ਲੜਾਈ ਬਹੁਤ ਜ਼ੋਰ ਚੜੇ ਤੂੰ ਜ਼ਿਆਦਾ ਤੇਜ਼ ਲੜਾਈ ਕਰਾਂਗੇ ਕਿ ਅਸੀਂ ਇਹ ਬੱਚੇ ਸਕੂਲਾਂ ਨੂੰ ਨਹੀਂ ਦੇਵਾਂਗੇ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਪਿਛਲੇ 30-35 ਸਾਲਾਂ ਤੋਂ ਆਟੋ ਰਿਕਸ਼ਾ ਅਤੇ ਵੈਨ ਚਲਾ ਕੇ ਆਪਣੇ ਪਰਿਵਾਰ ਦਾ ਤੋਰੀ ਫੁਲਕਾ ਚਲਾਉਣ ਵਾਲੇ ਸਾਰੇ ਡਰਾਈਵਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਅਤੇ ਇਸ ਮੌਕੇ ਦੇ ਉੱਤੇ ਰੇਲਵੇ ਦੇ ਅਧਿਕਾਰੀਆਂ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਦੇ ਉੱਤੇ ਆਟੋ ਚਾਲਕਾਂ ਅਤੇ ਵੈਨ ਚਾਲਕਾਂ ਦੇ ਵੱਲੋਂ ਕਿਹਾ ਗਿਆ ਕਿ ਰੇਲਵੇ ਵਿਭਾਗ ਦੇ ਵੱਲੋਂ ਉਹਨਾਂ ਨੂੰ ਟੈਕਸ ਦੇ ਨਾਂ ਦੇ ਉੱਤੇ ਖੱਜਲ ਕੀਤਾ ਜਾ ਰਿਹਾ ਹੈ। ਇਹਨਾਂ ਡਰਾਈਵਰਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਉਹਨਾਂ ਦੇ ਕੋਲੋਂ ਸਿਰਫ 20 ਰੁਪਏ ਮਹੀਨੇਵਾਰ ਲੈ ਜਾਂਦੇ ਸਨ ਟੈਕਸ ਦੇ ਰੂਪ ਵਿੱਚ, ਬਾਅਦ ਦੇ ਵਿੱਚ ਵਧਾ ਕੇ ਇਹ 100 ਰੁਪਇਆ ਕਰ ਦਿੱਤਾ ਗਿਆ, ਫਿਰ ਵਧਾ ਕੇ 300 ਰੁਪਇਆ ਕਰ ਦਿੱਤਾ ਗਿਆ, ਅਤੇ ਹੁਣ ਇਹ 700 ਰੁਪਇਆ ਵਸੂਲਣ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇੰਨੇ ਪੈਸਿਆਂ ਦਾ ਭੁਗਤਾਨ ਉਹ ਨਹੀਂ ਕਰ ਸਕਦੇ, ਅਤੇ ਜਿੰਨੀ ਦੇਰ ਤੱਕ ਰੇਲਵੇ ਵਿਭਾਗ ਦੇ ਵੱਲੋਂ ਉਹਨਾਂ ਦੀ ਇਸ ਮੰਗ ਦੇ ਉੱਤੇ ਗੌਰ ਫਰਮਾਈ ਨਹੀਂ ਕੀਤੀ ਜਾਏਗੀ, ਉਨੀ ਦੇਰ ਤੱਕ ਉਹ ਨਾ ਤਾਂ ਕਿਸੇ ਮੁਸਾਫਰ ਨੂੰ ਅੰਦਰ ਜਾਣ ਦੇਣਗੇ ਅਤੇ ਨਾ ਹੀ ਕਿਸੇ ਮੁਸਾਫਰ ਨੂੰ ਜੋ ਕਿ ਰੇਲਵੇ ਸਟੇਸ਼ਨ 'ਤੇ ਉਤਰਿਆ ਹੋਏਗਾ ਉਸ ਨੂੰ ਚੁੱਕ ਕੇ ਕਿਤੇ ਲਿਜਾਣਗੇ। ਪੰਜਾਬ ਸਰਕਾਰ ਦੇ ਪਹਿਲੇ ਹੀ ਧੱਕੇਸ਼ਾਹੀ ਤੋਂ ਦੁਖੀ ਸਾਡੇ ਆਟੋ ਚਾਲਕ, ਰਿਕਸ਼ੇ ਵਾਲੇ, ਟੈਕਸੀ ਵਾਲੇ, ਉਹਨਾਂ ਨੂੰ ਬੁਰੀ ਤਰ੍ਹਾਂ ਉਤਪੀੜਨ ਕੀਤਾ ਜਾ ਰਿਹਾ, ਔਰ ਬੱਸ ਕੋਰੀਡੋਰ ਦੇ ਨਾਂ ਦੇ ਉੱਪਰ ਇਹ ਸ਼ਹਿਰ ਦੇ ਵਿੱਚ ਜਿਹੜਾ ਇਹਨਾਂ ਨੇ ਨਾਕੇ ਲਗਾ ਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਬੱਬ ਸ਼ੁਰੂ ਕੀਤਾ,
और इस कड़ी दे विच अज रेलवे स्टेशन दे उपर जिहड़े 40-40 साल तो टैक्सियां वाले रेलवे नूं किराया दे के, आटो वाले रेलवे नूं किराया दे के 40 साल तो अपने बच्चे पाल रहे, अज अचानक एक मैंबर पार्लियामेंट दे रिश्तेदार नूं ठेका दे के ते उना तो जजिया गराउण वास्ते एक काम जिहड़ा शुरुआत कीता है, इस दी मैं नखेधी करदा और ये पूरे शहर नूं बंद करांगे, हड़ताल करावांगे, ये चीज़ां नूं बिल्कुल बर्दाश्त नहीं किया जाएगा। और इस गल का नोटिस जिहड़ा हैगा वह कैप्टन अमरिंदर सिंह जी ये ऑलरेडी रेल मंत्री के ध्यान दे विच लै के आ रहे हैं और सारी पार्टी इन्हां दे नाल खड़ी है और ये धक्केशाही बिल्कुल बर्दाश्त नहीं की जाएगी। ਪੰਜਾਬ ਦੇ ਜੇਲ੍ਹਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸੋਹਣ ਸਿੰਘ ਠੰਡਲ ਹੋਰਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਕਾਲੇ ਧਨ ਨੂੰ ਕਾਬੂ ਕਰਨ ਦੇ ਲਈ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਅਤੇ ਜਾਲੀ ਕਰੰਸੀ ਨੂੰ ਰੋਕਣ ਦੇ ਲਈ ਜੋ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਹ ਸ਼ਲਾਘਾਯੋਗ ਹੈ। ਸੋਹਣ ਸਿੰਘ ਠੰਡਲ ਨੇ ਕਿਹਾ ਕਿ ਇਸ ਨਾਲ ਪੂਰੇ ਭਾਰਤ ਦੀ ਆਰਥਿਕ ਵਿਵਸਥਾ ਮਜ਼ਬੂਤ ਹੋਏਗੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਉਹ ਅੱਜ ਚੱਬੇਵਾਲ ਖੇਤਰ ਦੇ ਵਿੱਚ ਮੁਫਤ ਦਵਾਈਆਂ ਦੇ ਸੈਂਟਰ ਦਾ ਉਦਘਾਟਨ ਕਰਨ ਆਏ ਸਨ। देखो जिहड़ा मोदी जी ने फैसला किया ये ठीक है कि कुछ लोगों को कल या अज परेशानी आई होगी, पर यह बड़ा दलेर वाला फैसला है। जे तुसीं देश दे विचों काला धन खत्म करना जां इह कल्ले काले धन दी खत्म करन दी गल ही, इह तां जिहड़ा साडा अतवाद दे विच पैसा वर्त हुंदा जां ड्रग दे विच वर्त हुंदा जां कोई होर पासे दे पैसे नाल बहुत सारे लोग अमीर लोग इस ताक ते बैठे थी कि असीं पैसे बंट के वोटां लै लैणे, इह उहनां लोकां दे वास्ते तकलीफ आई कि पब्लिक नूं कोई तकलीफ नहीं आउण देंगे। ਬੈਂਕਾਂ ਅੱਜ ਵੀ ਖੁੱਲ੍ਹੀਆਂ, ਬੈਂਕਾਂ ਐਤਵਾਰ ਵੀ ਖੁੱਲ੍ਹੀਆਂ ਰਹਿਣੀਆਂ, ਪੈਸੇ ਤੁਹਾਡੇ ਸਾਰੇ ਬਦਲੇ ਜਾਣੇ, ਜਿਹਦੇ ਕੋਲ ਇੱਕ ਨੰਬਰ ਦਾ ਪੈਸਾ ਉਹਦੇ ਸਾਰੇ ਬਦਲ ਹੋਣੇ ਆ। ਸੋ ਇਸ ਕਰਕੇ ਜਿਹੜਾ ਦੇ ਅਕਾਊਂਟ ਜਿਹਨਾਂ ਨੇ ਲੈ ਠੱਕ ਠੱਕ ਕੇ ਅੰਦਰ ਕਮਰੇ ਭਰੇ ਪਏ ਆ ਉਹ ਲੋਕ ਚੀਕਾਂ ਮਾਰਦੇ ਹੋਣਗੇ। ਸੋ ਬਹੁਤ ਵਧੀਆ ਫੈਸਲਾ ਹੈ, ਇਹਦਾ ਦੇਸ਼ ਦੀ ਇਕਾਨਮੀ ਵੀ ਜਿਹੜੀ ਹੈ ਤਕੜੀ ਹੋਣੀ ਆ, ਇਹਦਾ ਕਾਲਾ ਧਨ ਜਿਹੜਾ ਉਹ ਵੀ ਬਾਹਰ ਆਊਗਾ। ਲੁਧਿਆਣਾ ਯੂਥ ਕਾਂਗਰਸ ਦੇ ਪ੍ਰਧਾਨ ਰਾਜੀਵ ਰਾਜਾ ਵੱਲੋਂ ਅੱਜ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਨਾਲ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇਣ ਦੇ ਲਈ ਪਹੁੰਚਿਆ ਗਿਆ, पर डिप्टी कमिश्नर ना होने करके ये मंग पत्र उन्हां दी जीए नूं दिता गया। इस मौके दे उत्ते राजीव राजा ने कहा कि उन्होंने अज ये मंग पत्र पंजाब सरकार दे वल्लों जो नौजवानों की भर्ती के नाँ के उत्ते कपलेबाजी की गई है उस दे संदर्भ दे विच दिता है। राजीव राजा ने कहा कि पंजाब दे विच पुलिस भर्ती के नाँ के उत्ते सरकार दे कोल 10 लाख नौजवानों के पैसे गए ने, पर 7200 नौजवानों दीआं ही भर्तियां कीतियां गईआं ने, यह एक बहुत वड्डी कपलेबाजी है ਜਿਸ ਨੂੰ ਤੁਰੰਤ ਲੋਕਾਂ ਦੇ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ। ਸਤਿਕਾਰਯੋਗ ਸਾਡੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਦਲਾਲੀ ਜੀ ਔਰ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਰਹਿ ਰਮਾਈ ਹੇਠ ਦਿਸ਼ਾ ਨਿਰਦੇਸ਼ ਲੁਧਿਆਣਾ ਯੂਥ ਕਾਂਗਰਸ ਅੱਜ ਇੱਕ ਵਫਦ ਸਾਡੇ ਲੁਧਿਆਣਾ ਦੇ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਜਾ ਰਿਹਾ ਹੈ। ਇਹ ਬਹੁਤ ਵੱਡਾ ਸਕੈਮ ਕੀਤਾ ਗਿਆ ਹੈ, 10 ਲੱਖ ਲੜਕਿਆਂ ਦੀ ਭਰਤੀ ਕੀਤੀ ਗਈ, ਪੈਸੇ ਲੈ ਕੇ ਐਪਲੀਕੇਸ਼ਨਸ ਫੋਰਮ ਭਰਾਏ ਗਏ, ਉਹਦੇ ਵਿੱਚੋਂ ਸਿਰਫ 7200 ਲੜਕੇ ਪਾਸ ਹੋਏ ਨੇ ਪੁਲਿਸ ਦੇ ਵਿੱਚ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਬਾਕੀ ਪੈਸਾ ਕਿੱਥੇ ਹੈ? ਇਹ ਪੰਜਾਬ ਸਰਕਾਰ ਆਪਣੇ ਇੰਨੇ ਕੰਮ ਦਿਖਾ ਰਹੀ ਹੈ, ਨਾਲ ਦੀ ਨਾਲ ਵੋਟਿੰਗ ਕਰਾ ਰਹੀ ਹੈ ਕਿ ਅਸੀਂ ਜਿੱਤ ਰਹੇ ਹਾਂ, ਕਿੱਥੋਂ ਜਿੱਤ ਰਹੇ ਹਾਂ ਜੀ? ਇਹ ਟੋਟਲ ਹੀ ਸਕੈਮ ਹੈ, ਟੋਟਲ ਸਕੈਮ ਹੈ। ਅਸੀਂ ਮਾਣਯੋਗ ਡਿਪਟੀ ਸੀਐਮ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਾਡਾ ਪੈਸਾ ਕਿੱਥੇ ਹੈ? ਆਮ ਜਨਤਾ ਦਾ ਪੈਸਾ ਕਿੱਥੇ? ਆਮ ਜਨਤਾ ਦਾ ਪੈਸਾ ਲਗਾ ਰਹੇ, ਕਹਿ ਰਹੇ ਜੀ ਅਸੀਂ ਵਿਕਾਸ ਕਰ ਰਹੇ, ਕਿਸ ਚੀਜ਼ ਦਾ ਵਿਕਾਸ ਕਰ ਰਹੇ ਨੇ? ਇਹ ਸਕੈਮ ਹਲੇ ਹੱਥ ਦੇ ਵਿੱਚ ਆਇਆ, ਇਹਦੇ ਵਿੱਚ ਪਤਾ ਨਹੀਂ ਕੀ ਕੁਛ ਹੋਰ ਨਿਕਲਣਾ, ਇਹ ਤਾਂ ਹਲੇ ਤਿਆਰੀ ਅੱਜ ਹੋਈ ਹੈ। ਇਸ ਤੋਂ ਅੱਗੇ ਜੋ ਜਿੱਦਾਂ ਨਿਕਲੇਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਚਰਨ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ 12 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਇੱਕ ਹਫ਼ਤੇ ਦੇ ਲਈ ਪਾਕਿਸਤਾਨੀ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਏਗਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ 1355 ਸ਼ਰਧਾਲੂਆਂ ਦੇ ਵੱਲੋਂ ਵੀਜ਼ੇ ਵਾਸਤੇ ਅਪਲਾਈ ਕੀਤਾ ਗਿਆ ਸੀ, ਜਦਕਿ 106 ਜਣਿਆਂ ਦੇ ਵੀਜ਼ੇ ਨਹੀਂ ਲੱਗੇ ਅਤੇ 1249 ਇਸ ਜਥੇ ਦੇ ਰੂਪ ਦੇ ਵਿੱਚ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ ਜਾਣਗੇ। ਪਾਕਿਸਤਾਨ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ਦੇ ਸੰਬੰਧ ਵਿੱਚ ਜਿਹੜਾ ਇੱਥੋਂ ਯਾਤਰੀਆਂ ਦਾ ਜੱਥਾ ਜਾਂਦਾ ਹੈ ਉਹਦੀ ਅਸੀਂ ਜਾਣਕਾਰੀ ਹਾਸਲ ਕਰਨ ਦੀ ਸਵਾਲ ਕੀਤਾ। ਇਸ ਤਰ੍ਹਾਂ ਸੀ ਕਿ ਅਸੀਂ 1355 ਲੋਕਾਂ ਦੇ ਪਾਸਪੋਰਟ ਭੇਜੇ ਸੀ ਪਾਕਿਸਤਾਨ ਅੰਬੈਸੀ 'ਚੋਂ, ਜਿਨ੍ਹਾਂ ਵਿੱਚੋਂ 1249 ਪਾਸਪੋਰਟ 'ਚ ਵੀਜ਼ਾ ਲੱਗ ਕੇ ਆ ਗਏ ਨੇ, ਸਾਡੇ ਕੋਲ ਅੱਜ ਹੀ ਪਹੁੰਚ ਗਏ ਨੇ। 106 ਬੰਦਿਆਂ ਦੇ ਪਾਸਪੋਰਟ ਵੀਜ਼ਾ ਉਹਨਾਂ ਨੇ ਨਹੀਂ ਦਿੱਤਾ, ਕੋਈ ਨਾ ਕੁਝ ਕਾਰਨ ਹੋਣਗੇ। ਹੁਣ ਬਾਕੀ ਜਿਹੜੇ ਬੰਦੇ ਜਾਣ ਵਾਲੇ ਨੇ ਇਹਦੇ ਬਾਰੇ ਉਹਨਾਂ ਨੇ ਜਾਣਾ, ਇਹਦੇ ਬਾਰੇ ਅਸੀਂ ਇਹ ਜਿਹੜਾ ਆਪਣਾ ਫੈਸਲਾ ਹੈਗਾ
यह अपना फैसला अज या कल पूरा कर लो। ये 8 दिन का है जी, 12 तरीक तो लैके तो 20 तरीक वापस आना जी। कुछ रुझान कटिया, ये कोई शक नहीं है, अगे जत्था थोड़ा जहा ज़्यादा लोग अप्लाई करते हैं, कोई शक नहीं, लोगों का रुझान कटिया। जो चाहे दोवे मुल्कों के हालात चंगे होंगे ने लोगों का जान ज़्यादा मन करता है, जो हालात चंगे नहीं होंगे लोगों का मन कट करता है, तो कुदरती गल है। इंडो कनेडियन एसोसीएशन कैलगरी विखे संसद मैंबर दर्शन सिंह कंग दा पहुंचण दे उत्ते जबरदस्त स्वागत किया गया। इस मौके दे उत्ते गलबात करदिआं संसद मैंबर कंग ने कहा कि इस संस्था दे खुलण दे नाल पंजाबी भाईचारे नूं बहुत वड्डा लाभ होएगा। उन्होंने कहा कि पंजाबी जिथे भी गए ने उन्होंने अपनी काबिलियत लगन ते मेहनत दे नाल बहुत वड्डे मुकाम हासिल किए ने, ते कनेडियन भाईचारे दे उत्ते हमेशा ही सब नूं माण रिहा है। बॉलीवुड के मशहूर अदाकार सलमान खान, जो कि अपनियां वख-वख फिल्मां दे करके हमेशा ही चर्चा विच रहिंदे ने, उन्हां वल्लों अपनी नवीं फिल्म ट्यूबलाइट का आखिरी शूटिंग पड़ा समाप्त कर लिया गया है। इत्थे भी दसना बनता है कि जम्मू कश्मीर के वख-वख हिस्सों के ट्यूबलाइट फिल्म की शूटिंग हुई है, तो आखिरी पड़ा की मुकम्मलता तो बाद मुंबई के एयरपोर्ट के उत्ते सलमान खान नूं देखा गया। यह सी अजीत खबरां दा विशेष बुलेटिन। ताज़ा तरीन ते नवीआं नकोर खबरां लैके असी दोबारा फिर हाज़र होवांगे। उदों तक लई दिओ आग्या, तुहाडी बहुत बहुत मेहरबानी।